ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਦੇ ਆਪਣੇ ਮੰਤਰੀਆਂ ਦੇ ਵੱਲੋਂ ਮੁੱਖ ਮੰਤਰੀ ਦੇ ਖਿਲਾਫ ਬਗਾਵਤੀ ਸੁਰ ਨਜ਼ਰ ਆ ਰਹੇ ਨੇ। ਪੰਜਾਬ ਸਰਕਾਰ ਦੇ ਪੰਜ ਮੰਤਰੀ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੋ ਗਏ ਨੇ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਤੋਂ ਦੋ ਮਸਲੇ ਹੱਲ ਨਹੀਂ ਹੋ ਸਕਦੇ ਤਾਂ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਬਾਦਲਾਂ ਦੇ ਨਾਲ ਰਲਿਆ ਹੋਇਆ ਹੈ। ਇਸ ਮਸਲੇ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬੇਸਾ ਸਿੰਘ ਬਲਟੋਹਾ ਦੇ ਵੱਲੋਂ ਕਾਂਗਰਸ ਦੇ ਮੰਤਰੀਆਂ ਨੂੰ ਫੋਕਵਾਂ ਜਵਾਬ ਦਿੱਤਾ ਗਿਆ। ਬਲਟੋਹਾ ਨੇ ਕਿਹਾ ਕਿ ਜੋ ਮੰਤਰੀ ਅੱਜ ਕੈਪਟਨ ਦੇ ਖਿਲਾਫ ਹੋਏ ਨੇ ਉਹੀ ਪਿਛਲੇ 4.5 ਸਾਲ ਤੋਂ ਮੁੱਖ ਮੰਤਰੀ ਦੇ ਸੱਜੇ ਖੱਬੇ ਬੈਠਦੇ ਆਏ ਨੇ ਅਤੇ ਹੁਣ ਅੱਜ ਇਹ ਸਵਾਲ ਚੁੱਕ ਰਹੇ ਨੇ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਟੋਲੀ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੀ। ਲੋਕ ਹੁਣ ਸਿਆਣੇ ਹੋ ਚੁੱਕੇ ਨੇ ਪਰ ਲੋਕ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਠੋਕਵਾਂ ਜਵਾਬ ਦੇਣ ਦਾ ਇੰਤਜ਼ਾਰ ਕਰ ਰਹੇ ਨੇ। ਜੀ ਵੀਰ ਸਾਹਿਬ, ਕਿੱਦਾਂ ਦੇਖ ਰਹੇ ਹੋ ਹੁਣ ਸਰਕਾਰ ਨੂੰ? ਪਹਿਲਾਂ ਤਾਂ ਸਹਿਮਤੀ ਦਿਖਾਈ ਗਈ ਹੈ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ, ਪਰ ਹੁਣ ਉਹਨਾਂ ਦੇ ਹੀ ਜਿਹੜੇ ਆ ਵਿਧਾਇਕ ਹੈਗੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਸੀਐਮ ਚੇਂਜ ਚਾਹੀਦਾ ਜੀ। ਜਿਸ ਤੱਕ ਖਬਰਾਂ ਨਿਕਲ ਕੇ ਬਾਹਰ ਆ ਰਹੀਆਂ ਨੇ, ਇਹ ਜਿਹੜੀ ਪੰਜਾਬ ਕਾਂਗਰਸ ਦੇ ਅੰਦਰ ਬਗਾਵਤ ਪੈਦਾ ਹੋਈ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਜਿਹੜਾ ਵਿਦਰੋਹ ਖੜਾ ਹੋਇਆ ਹੈ, ਇਹ ਜਿਹੜੀ ਕੈਬਨਿਟ ਦੇ ਵਿੱਚ ਬਦਲਾਅ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਉਹਨੂੰ ਰੋਕਣ ਲਈ, ਆਪਣੇ ਆਪ ਨੂੰ ਬਚਾਉਣ ਦੀ ਖਾਤਰ ਜਿਹੜਾ ਆ ਅੱਜ ਕਾਂਗਰਸੀ ਆਗੂਆਂ ਵੱਲੋਂ ਕਦਮ ਚੁੱਕਿਆ ਗਿਆ ਹੈ। ਪਰ ਦੂਸਰੇ ਬੰਨੇ ਇਹ ਗੱਲ ਕਰਦੇ ਆ ਕਿ ਪੰਜਾਬ ਦਾ ਭਲਾ ਤਾਂ ਵੀ ਹੋ ਸਕਦਾ ਆ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਤੋਂ ਬਦਲਿਆ ਜਾਵੇ। ਹੁਣ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਨਹੀਂ, ਹੁਣ ਤਾਂ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਬਦਲਣਾ ਚਾਹੁੰਦੇ ਨੇ। ਪਰ ਦੂਸਰੇ ਬੰਨੇ ਜਿਹੜੀ ਗੱਲ ਜਿਹੜੀ ਹੈ ਕਿ ਜੇ ਤਾਂ ਤ੍ਰਿਪਤ ਬਾਜਵਾ, ਸੁਖੀ ਰੰਧਾਵਾ, ਸੁਖ ਸਰਕਾਰੀਆ, ਚਰਨਜੀਤ ਚੰਨੀ ਪੰਜਾਬ ਦੀ ਕੈਬਨਿਟ ਦੇ ਵਿੱਚ ਵਜ਼ੀਰ ਬਣੇ ਰਹਿ ਜਾਂਦੇ ਆ, ਫਿਰ ਤਾਂ ਪੰਜਾਬ ਸਰਕਾਰ ਬਹੁਤ ਵਧੀਆ, ਫਿਰ ਤਾਂ ਪੰਜਾਬ ਦੇ ਸਾਰੇ ਮਸਲੇ ਹੱਲ ਆ। ਅਤੇ ਜੇ ਅੰਤਰ ਖਾਤੇ ਜਿਹੜੀ ਇਹਨਾਂ ਦੀ ਕੜੱਤਣ ਚੱਲ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਆਪਦੀ ਵਜ਼ਾਰਤ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੈ, ਅਤੇ ਫਿਰ ਜਿਹੜੇ ਇਹ ਸਵਾਲ ਉਠਾਏ ਗਏ ਨੇ, ਜਿਹੜੇ ਸਵਾਲ ਉਠਾਏ ਗਏ ਨੇ ਬਿਲਕੁਲ ਸਹੀ ਨੇ, ਇਹ 'ਚ ਕੋਈ ਤਰਾਵਾਂ ਨਹੀਂ ਗੀਆਂ ਕਿ ਜਿਹੜੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਉਹ ਮਹਾਂਫੇਲ ਹੋਈ, ਬੁਰੀ ਤਰ੍ਹਾਂ ਨਾਕਾਮ ਹੋਈ ਹੈ ਔਰ ਪੰਜਾਬ ਦੇ ਲੋਕਾਂ ਨਾਲ ਬੜਾ ਵੱਡਾ ਧੋਖਾ ਕੀਤਾ ਗਿਆ, ਬੜਾ ਵੱਡਾ ਗੁਨਾਹ ਕੀਤਾ ਗਿਆ ਕਿ ਪੰਜਾਬ ਦੇ ਲੋਕਾਂ ਦੇ ਨਾਲ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਔਰ ਇੱਥੋਂ ਤੱਕ ਕਿ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ, ਜਿਹਦੇ ਜੈਕਾਰਾ ਵੀ ਜਿਹੜਾ ਆ ਉਹ ਸੁਖੀ ਰੰਧਾਵੇ ਨੇ ਛੱਡਿਆ ਸੀਗਾ, ਕੋਈ ਪੂਰਾ ਹੋਇਆ? ਕਰਜ਼ਾ ਮਾਫ਼ੀ ਹੋ ਗਈ, ਨੌਜਵਾਨਾਂ ਨੂੰ ਨੌਕਰੀਆਂ ਮਿਲ ਗਈਆਂ, ਬੇਰੁਜ਼ਗਾਰੀ ਭੱਤਾ ਮਿਲਦਾ ਹੈ, ਸਮਾਰਟਫੋਨ ਮਿਲ ਗਏ, ਗਰੀਬਾਂ ਨੂੰ 51,000 ਸ਼ਗਨ ਸਕੀਮ ਮਿਲ ਗਈ ਹੈ, ਪਤਾ ਨਹੀਂ ਦੁਨੀਆ ਭਰ ਦੇ ਵਾਅਦੇ ਕੀਤੇ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਅਤੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਆ, ਤੁਸੀਂ 4.5 ਸਾਲ ਉਹਦੀ ਕੈਬਨਿਟ ਦੇ ਵਿੱਚ ਸੱਜੇ ਖੱਬੇ ਬਹਿੰਦੇ ਰਹੇ, ਜੇ ਉਹ ਮੁੱਖ ਮੰਤਰੀ ਸੀ, ਤੁਸੀਂ ਉਹਦੇ ਕੈਬਨਿਟ ਦੇ ਕਲੀਗ ਸੀ, ਅਤੇ ਜਿੰਨਾ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਤੁਸੀਂ ਦੋਸ਼ੀ ਨਹੀਂ? ਤੁਸੀਂ ਤਾਂ ਕੱਲ੍ਹ ਤੱਕ ਪੰਜਾਬ ਸਰਕਾਰ ਦਾ ਗੁਣਗਾਨ ਕਰਦੇ ਰਹੇ ਜੀ, ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਰਹੇ ਜੇ, ਵਧੀਆ ਸਰਕਾਰ ਦਾ ਦਾਅਵਾ ਕਰਦੇ ਰਹੇ ਜੇ, ਕੈਪਟਨ ਅਮਰਿੰਦਰ ਸਿੰਘ ਦੀ ਵਿਜ਼ਨ ਦੀ, ਲੀਡਰਸ਼ਿਪ ਦੀ, ਅਗਵਾਈ ਦੀ, ਉਹਦੇ ਮੁੱਖ ਮੰਤਰੀ ਬਣਨ ਦਾ ਤੁਸੀਂ ਗੁਣਗਾਨ ਕਰਦੇ ਰਹੇ ਜੇ, ਅਤੇ ਹੁਣ ਕਿਹੜਾ ਤੁਹਾਨੂੰ ਬ੍ਰਹਮ ਗਿਆਨ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਫੇਲ ਹੋ ਗਿਆ? ਇਸ ਕਰਕੇ ਤੁਸੀਂ ਇਸ ਪਾਸੇ ਤੁਰੇ ਜੇ ਕਿ ਅੱਜ ਪੰਜਾਬ ਦੇ ਲੋਕ ਦੁਖੀ ਨੇ ਕਾਂਗਰਸ ਤੋਂ, ਅੱਜ ਪੰਜਾਬ ਦੇ ਲੋਕ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਸਭ ਕੁਛ ਸਿਖਾਉਣਾ ਚਾਹੁੰਦੇ ਨੇ। ਔਰ ਇੱਥੋਂ ਤੱਕ ਕਿ ਜਿਹੜੇ ਵਰਕਰਾਂ ਨੇ, ਵੋਟਰਾਂ ਨੇ, ਛੋਟੇ ਆਗੂਆਂ ਨੇ ਮਿਹਨਤ ਕਰ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਸੀ, ਅੱਜ ਉਹ ਧਾਹਾਂ ਮਾਰ ਮਾਰ ਕੇ ਰੋ ਰਹੇ ਨੇ ਅਤੇ ਸਵਾਲ ਖੜ੍ਹੇ ਕਰ ਰਹੇ ਨੇ ਕਿ ਆਓ ਇਹ ਕਰਾਓ ਤਾਂ ਸਹੀ, ਆਉਣਾ ਤਾਂ ਸਾਡੇ ਕੋਲ ਹੀ ਜੇ ਨਾ। ਇਸ ਕਰਕੇ ਆਪਣੀ ਜਿਹੜੀ ਸਕਿਨ ਸੇਫ ਕਰਨ ਵਾਸਤੇ, ਆਪਣੀ ਚਮੜੀ ਬਚਾਉਣ ਵਾਸਤੇ ਇਹ ਲੋਕ ਜਿਹੜੇ ਨੇ, ਕਾਂਗਰਸੀ ਆਗੂ ਜਿਹੜੇ ਨੇ,
केवल तो केवल कैप्टन अमरिंदर सिंह दोषी ठहरा के सारा कुछ उहदे सिर बन के नाकामिया का आप बरी होना चाहते हैं, पर हुण बरी नहीं हो सकते। ये पंजाब के दोषी ने, जिथे कैप्टन अमरिंदर सिंह दोषी आ उत्थे नवजोत सिंह सिद्धू, सुखी रंधावा, तृप्त बाजवा, चरणजीत चन्नी ते सुख सरकारी है, सारे ही बराबर दे दोषी है। तो दोषियों को सजावं मिलदी होंदिया ने, इन्हां दी चालां कदाचित भी पंजाब दे लोग सफल नहीं होंगे। तृप्त सिंह बाजवा का कहना कि कैप्टन अमरिंदर सिंह ते बादल मिले हुए ने पंजाब नूं कितना ना कितें वखरा करना चाहते हैं। कौन मिले हुए? तृप्त सिंह बाजवा, बादल साहब ते कैप्टन साहब नहीं। इन्हां नूं रत गल्लां ते मोटी जी है कि जिहड़ियां अज जिस तरह के मर्जी गल्लां कर लैण, ये गल्लां हुण चलणियां ने, ये गल्लां हुण चलणियां ने। तो कल तक तुसीं कैप्टन अमरिंदर सिंह दे जिस तरह मैं पहला भी जिक्र किया कि सज्जे खब्बे बैठते रहे जे, तो सब तो जिहड़े खास मुखास सी तुसीं सी। तो जे तुहानूं नज़र आउंदा सीगा कि कैप्टन अमरिंदर सिंह ते बादल रले होए, तो फिर उदों क्यों ना बोले, उदों क्यों नहीं जी गल्लां करदे रहे? अकाली दल के विरुद्ध, अकाली दल की लीडरशिप के विरुद्ध, बादल परिवार के विरुद्ध, कुंवर विजय प्रताप वर्गियां नूं कोले बिठा बिठा के तुसीं रिपोर्टां तैयार करते रहे जे, साजिशां करते रहे जे, किस तरह फसाउणा आ। तो जे हाई कोर्ट ना होंदी तां तुहां तां चंद चाड़ता सी, बाजवा साहब तुसीं विच सीगे, सुखी रंधावे की सिफारिश के उत्ते नवजोत सिंह सिद्धू की पसंद सी कुंवर विजय प्रताप, जिहड़ा कि कैप्टन अमरिंदर सिंह होरां नूं अखीर प्रगटावा करना पिया कि तुसीं लिआंदा सीगा। साजिशां तुसीं घड़ो अकाली दल के विरुद्ध, कैप्टन अमरिंदर सिंह घड़े अकाली दल के विरुद्ध, तो गल्लां तुसीं अज इहो जिहियां करोगे, गल्लां किसी नूं गले नहीं उतरन वालियां। जिन्ना मर्जी हुण तुसीं जिस तरह की मर्जी गल्लां कर लो, हुण इह गल्लां चलणियां ने। उस 2022 नूं कदा देख रहे हो कांग्रेस नूं? तुसीं 2022 च लोग पंजाब दे मानजणगे कांग्रेस नूं, बड़े विश्वास के लोगों ने कैप्टन अमरिंदर सिंह मुख्यमंत्री बनाया सीगा, बड़ा वड्डा भरोसा दिता सीगा पंजाब दे लोगों ने, बड़ा वड्डा बहुमत दिता सीगा, एक विश्वास करके उस विश्वास ने तोड़िया है। कैप्टन अमरिंदर सिंह तोड़िया है, नवजोत सिंह सिद्धू ने तोड़िया है, समुची कांग्रेस लीडरशिप ने तोड़िया है। तो फिर 2022 तो जमानत जब्त होनी है, तो लोग तो हुण ऐ तोड़ के बैठे है कि किहड़ा साडे हक च है, किन्ने साडे लई की कीता आ, किहड़ा साडे लई चंगा आ, किहड़ा साडे लई माड़ा आ। तो लोग तो गल्लां करदे श्रोमणी अकाली दल दीआं, सब प्रकाश सिंह बादल की सरकार दीआं, अज जो भी पंजाब च डिवेलपमेंट हुई है, जो भी पंजाब च कम होए ने, और जो भी लोग भलाई दीआं स्कीमां चलदीआं ने, चाहे किसानी वास्ते है, चाहे गरीबां वास्ते है, चाहे व्यापारियों वास्ते है, हरेक पक्ष तों जे किसी ने कुछ किया पंजाब वास्ते, तो वो श्रोमणी अकाली दल सरकारां ने किया। तो इस करके 2022 दे विच ये तो स्पष्ट नज़र आता है कि हुण श्रोमणी अकाली दल ते जिहड़ा गठजोड़ हो चुका है बहुजन समाज पार्टी का, सरकार 2022 च बननी। कल मीटिंग हो रही है किसानां दी ते कैप्टन अमरिंदर सिंह दी गल्लां दे बकायदे लैके, तां देख रहे हो? देखो बड़े दुख की गल है कि किसान जिनस पैदा करता है, आपकी फसल पैदा करता है, उसकी फसल का वाजब रेट भी ना मिले, और सरकार उसका सही समय से उसकी अदायगी भी ना करे, तो साल बद्धी समा लंघ जाए तो तद भी उसकी अदायगी ना करे। अज 200 करोड़ तो उत्ते जो किसानों का बकाया जिहड़ा पंजाब सरकार वल पिया है, तो पंजाब सरकार देंदी क्यों नहीं? तो कोई खरात मंगते? और 2018 तो बाद किसी भी तरह का कोई रेट नहीं वधाया गया। बाकी स्टेटा ने देख लो उन्हें की रेट है, तो पंजाब की रेट है, तो तुसी बाकी स्टेटा तो अब्बल तो वध देना चाहिए आ, जो वध नहीं दे सकते घट्टो घट्ट उन्हें रेट तो दो। इस करके जिहड़ा आ किसान अज एजिटेशन कर रहे हैं, जो धरने ला रहे हैं, तो दुखी होकर ला रहे हैं, तो कैप्टन अमरिंदर सिंह होरां नूं उन्हां दी सुननी चाहिए, मसले हल करने चाहिए, बकाया राशि जारी करनी चाहिए, तो सही रेट देना चाहिए। आवाजी काम टीवी लिए अमृतसर तो पत्रकार हिमांशु शर्मा की रिपोर्ट।